ਸਤਿ ਸ਼੍ਰੀ ਅਕਾਲ ਦੋਸਤੋ, ਕੀ ਪੀਟੀਈ ਵਾਲੇ ਬੱਚਿਆਂ ਦਾ ਭਵਿੱਖ ਖਤਰੇ 'ਚ ਆ? ਫਿਊਚਰ ਦੇ ਵਿੱਚ ਕਿਸ ਤਰੀਕੇ ਦੇ ਪੈਰਾਮੀਟਰਸ ਹੋਣਗੇ ਕੈਨੇਡਾ ਦੇ ਨਾਲ, ਇਹਦਾ ਕੀ ਸਬਰਾਬਤਾ ਰਹੇਗਾ, ਇਸ ਬਾਰੇ ਚਰਚਾ ਕਰਾਂਗੇ। ਸੋ ਦੋਸਤੋ, ਅਸੀਂ ਸਭ ਨੇ ਵੇਖਿਆ ਪਿਛਲਾ 1.5 ਸਾਲ ਕਾਫੀ ਚੈਲੇਂਜਿੰਗ ਰਿਹਾ ਸਟੂਡੈਂਟਸ ਲਈ। ਲਗਾਤਾਰ ਸਟੂਡੈਂਟਸ ਪ੍ਰੋਬਲਮ ਫੇਸ ਕਰਦੇ ਰਹੇ ਆ ਰਿਜ਼ਲਟਸ ਨੂੰ ਲੈ ਕੇ, ਔਰ ਜਿਹੜੇ ਸਟੂਡੈਂਟਸ ਨੇ ਦੂਸਰੇ ਟੈਸਟ ਕੀਤੇ ਸੀ, ਆਈਲੈਟਸ ਤੋਂ ਇਲਾਵਾ ਦੂਸਰੇ ਟੈਸਟ ਆਪਟ ਕੀਤੇ ਸੀ, ਉਹਨਾਂ ਦੇ ਵਿੱਚ ਅਸੀਂ ਵੇਖਿਆ ਡਿਲੇ ਵੀ ਬਹੁਤ ਹੋਈ, ਔਰ ਨਾਲ ਦੀ ਨਾਲ ਅਸੀਂ ਵੇਖਿਆ ਕਿ ਉਹਨਾਂ ਦੇ ਉੱਪਰ ਰਿਜੈਕਸ਼ਨਸ ਵੀ ਬਹੁਤ ਜ਼ਿਆਦਾ ਹੋਈਆਂ। ਸੋ ਅਲਟੀਮੇਟਲੀ ਇੱਕ ਚੀਜ਼ ਦੀ ਕਲੈਰਿਟੀ ਅਗਰ ਤੁਸੀਂ ਸਾਨੂੰ ਫੋਲੋ ਕਰਦੇ ਹੋ ਪਿਛਲੇ ਬਹੁਤ ਸਾਰੇ ਵੀਡੀਓਜ਼ ਵਿੱਚ, ਮਤਲਬ ਅਗਰ ਤੁਸੀਂ 2-3 ਸਾਲ ਦੇ ਵੀਡੀਓਜ਼ ਵੀ ਵੇਖੋਗੇ ਤਾਂ ਬਹੁਤ ਕਲੈਰਿਟੀ ਨਾਲ ਤੁਹਾਨੂੰ ਇੱਕੋ ਗੱਲ ਸਮਝਾਏਗੀ ਹਮੇਸ਼ਾ ਕਿ ਆਈਲੈਟਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਬਟ ਅਲੱਗ ਅਲੱਗ ਤਰੀਕੇ ਦੀ ਮਾਰਕੀਟਿੰਗ 'ਚ ਫਸ ਕੇ ਸਟੂਡੈਂਟਸ ਨੇ ਸਮੇਂ-ਸਮੇਂ 'ਤੇ ਅਲੱਗ ਅਲੱਗ ਫੈਸਲੇ ਲਏ। ਸੋ ਦੋਸਤੋ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਕੈਨੇਡਾ ਦੇ ਕਾਲਜਸ ਸਟੂਡੈਂਟਸ ਨੂੰ ਆਈਲੈਟਸ ਤੋਂ ਬਿਨਾਂ ਦਾਖਲਾ ਨਹੀਂ ਦੇਣਗੇ। ਤੁਸੀਂ ਹੌਲੀ ਹੌਲੀ ਵੇਖੋਗੇ, ਇਹਨੂੰ ਇੱਕ ਤਰੀਕੇ ਨਾਲ ਅਸੀਂ ਡਿਸਕ੍ਰਿਮੀਨੇਸ਼ਨ ਵਾਂਗੂ ਨਹੀਂ ਲੈ ਸਕਦੇ, ਬਟ ਬਹੁਤ ਸਾਰੇ ਕਾਲਜਸ ਨੇ ਆਪਣੀ ਜਿਹੜੀ ਪਾਲਿਸੀ ਆ ਉਹ ਚੇਂਜ ਕਰਤੀ, ਖਾਸ ਕਰਕੇ ਇੰਡੀਅਨ ਸਟੂਡੈਂਟਸ ਲਈ। ਸੋ ਬਹੁਤ ਸਾਰੇ ਸਟੂਡੈਂਟਸ ਨੂੰ ਹੁਣ ਜਿਹੜੇ ਪੀਟੀਈ ਦੇ ਬੇਸ ਦੇ ਉੱਪਰ ਐਡਮਿਸ਼ਨ ਸ਼ਾਇਦ ਨਾ ਮਿਲੇ। ਸੋ ਹੌਲੀ ਹੌਲੀ ਜਿੰਨੇ ਸਕੂਲਸ ਆ, ਕਾਲਜਸ ਆ, ਯੂਨੀਵਰਸਿਟੀਜ਼ ਆ, ਇਹ ਆਪੋ ਆਪਣਾ ਰਿਕਰੂਟਮੈਂਟ ਦੇ ਤਰੀਕੇ ਫੇਰ ਬਦਲ ਕਰ ਰਹੇ ਨੇ, ਤਰੀਕੇ ਬਦਲ ਰਹੇ ਆ। ਸੋ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਾਲਜਸ ਵੱਲੋਂ ਇਹੋ ਜਿਹੀਆਂ ਨੋਟੀਫਿਕੇਸ਼ਨਸ ਆ ਜਾਣਗੀਆਂ ਕਿ ਟੋਫਲ ਉੱਪਰ ਵੀ ਸਟੂਡੈਂਟ ਨੂੰ ਲੈਣਾ, ਪੀਟੀਈ ਉੱਪਰ ਵੀ ਸਟੂਡੈਂਟ ਨੂੰ ਨਹੀਂ ਲੈਣਾ, ਡੂਓਲਿੰਗੋ ਦੇ ਉੱਪਰ, ਖੇਲ ਦੇ ਉੱਪਰ ਤਾਂ ਪਹਿਲਾਂ ਹੀ ਲੈ ਰਹੇ। ਸੋ ਬਹੁਤ ਸਾਰੇ ਟੈਸਟ ਇੰਡੀਆ ਤੋਂ ਜਿਹੜੇ ਸਟੂਡੈਂਟਸ ਲਈ ਪਹਿਲਾਂ ਹੀ ਉਹਨਾਂ ਨੇ ਮਨਾ ਕਰ ਦਿੱਤੇ ਆ। ਸੋ ਫਾਈਨਲੀ ਜਿਹਦੇ ਉੱਪਰ ਸਭ ਤੋਂ ਵੱਧ ਸਟੂਡੈਂਟਸ ਦਾ ਦਰੋਮਦਾ ਰਹਿੰਦਾ ਉਹ ਪੀਟੀਈ ਆ, ਬਿਕੋਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ 6 ਈਚ ਦੇ ਚੱਕਰ ਦੇ ਵਿੱਚ ਪੀਟੀਈ ਦਾ ਰੁੱਖ ਕਰਦੇ ਆ, ਔਰ ਸਮੇਂ ਦੇ ਉੱਪਰ ਇਹਨਾਂ ਦੀ ਜਿਹੜੀ ਅਸੀਂ ਰੇਸ਼ੋ ਵੇਖਦੇ ਹਾਂ ਉਹ ਹੋਰ ਜ਼ਿਆਦਾ ਵਧੀ ਆ। ਸੋ ਪੀਟੀਈ ਦੇ ਸਟੂਡੈਂਟਸ ਬਹੁਤ ਗਰੋ ਹੋਏ ਔਰ ਉਹਦੇ ਨਾਲ ਹੀ ਪ੍ਰੋਬਲਮਸ ਵੀ ਗਰੋ ਹੋਈਆਂ। ਸੋ ਕੈਨੇਡਾ ਨੇ ਬਹੁਤ ਸਾਫ਼ ਸਪਸ਼ਟ ਪ੍ਰਣਾਲੀ ਦਿੱਤੀ ਹੈ ਕਿ SDS ਨਾਮ ਦਾ ਇੱਕ ਪ੍ਰਕਿਰਿਆ ਦਿੱਤੀ ਹੈ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਾਈਪਾਸ ਤੁਹਾਨੂੰ ਵੀਜ਼ੇ ਦੇ ਰੂਟ ਦੇ ਉੱਪਰ ਲੈ ਜਾਂਦੀਆਂ ਨੇ, ਬਹੁਤ ਸਾਰੀਆਂ ਰਿਕੁਆਇਰਮੈਂਟਸ ਦੀ ਤੁਹਾਡੀ ਜਿਹੜੀ ਲੋੜ ਨਹੀਂ ਪੈਂਦੀ, ਬਹੁਤ ਸਾਰੀਆਂ ਤੁਹਾਨੂੰ ਫੰਡਿੰਗ ਨੂੰ ਲੈ ਕੇ, ਅਵੇਲੇਬਿਲਟੀ, ਰਿਸੋਰਸਿਸ, ਫੰਡਸ ਨੂੰ ਲੈ ਕੇ ਸਭ ਤਰ੍ਹਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਉਹ ਖਤਮ ਹੋ ਜਾਂਦੀਆਂ ਨੇ। ਸੋ ਕੈਨੇਡਾ ਨੇ ਇੱਕ ਪ੍ਰੈਫਰਡ ਮੋਡ ਦਿੱਤਾ ਸੀ, ਬਟ ਕੈਨੇਡਾ ਨੇ ਦੂਸਰੇ ਮੋਡ ਨੂੰ ਵੀ ਕਦੀ ਮਨਾ ਨਹੀਂ ਕੀਤਾ ਸੀ। ਸੋ ਕੈਨੇਡਾ ਨੇ ਅੱਜ ਵੀ ਮਨਾ ਨਹੀਂ ਕੀਤਾ, ਪਰ ਕਾਲਜਸ ਨੇ ਪਿਛਲੇ ਕਾਫੀ ਸਮੇਂ ਦੇ ਵਿੱਚ ਵੇਖਿਆ ਕਿ ਸਟੂਡੈਂਟਸ ਦੀਆਂ ਸੀਟਾਂ ਹੋਲਡ ਕਰਨੀਆਂ, ਸਟੂਡੈਂਟਸ ਨੂੰ ਅਗਲੀ ਇਨਟੇਕ ਕਰਨੀ, ਡੈਫਰ ਕਰਨੀ, ਅਗੇਨ ਰੀਐਡਮਿਸ਼ਨ ਦੀ ਪ੍ਰਕਿਰਿਆ ਪੂਰੀ ਕਰਨੀ, ਉਸ ਤੋਂ ਬਾਅਦ ਵੀਜ਼ਾ ਦੇ ਵਿੱਚ ਜਦੋਂ ਸਟੂਡੈਂਟਸ ਦੇ ਵੀਜ਼ਾ ਅਪਰੂਵ ਹੋਣੇ, ਦੈਨ ਜਿਹੜੇ ਸਲੋਟਸ ਉਹਨਾਂ ਨੂੰ ਐਡਮਿਸ਼ਨਸ ਦੇ ਦੇਣੇ, ਇਹ ਕਾਫੀ ਚੈਲੇਂਜਿੰਗ ਰਿਹਾ ਸਟੂਡੈਂਟਸ ਲਈ। ਸੋ ਤੁਸੀਂ ਵੇਖੋਗੇ ਹੌਲੀ ਹੌਲੀ 1-2 ਕਾਲਜਸ ਨੇ ਸ਼ੁਰੂ ਕਰਤਾ, ਔਰ ਇਸੇ ਚੀਜ਼ ਨੂੰ ਵੇਖਦੇ ਹਾਂ, ਆਈਲੈਟਸ ਦੀ ਸਕਸੈਸ ਨੂੰ ਵੇਖਦੇ ਹਾਂ, ਪੀਟੀ ਦੇ ਉੱਪਰ ਇਹਦਾ ਐਡਵਾਂਟੇਜ ਵੇਖਦੇ ਹਾਂ, SDS ਦੀ ਐਡਵਾਂਟੇਜ ਵੇਖਦੇ ਹਾਂ, ਰਿਜ਼ਲਟਸ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ SDS ਦੇ ਨਾਲ 6 ਈਚ ਦੇ ਨਾਲ ਆਈਲੈਟਸ ਦੇ ਬੈਂਡ ਉੱਪਰ। ਸੋ ਹੌਲੀ ਹੌਲੀ ਦੂਸਰੇ ਟੈਸਟਾਂ ਤੋਂ ਕਿਨਾਰਾ ਕਰਨ ਲੱਗ ਪਏ ਨੇ ਕਾਲਜ। ਸੋ ਸਟੂਡੈਂਟਸ ਲਈ ਚੈਲੇਂਜਿੰਗ ਰਹਿਣ ਵਾਲਾ ਆ, ਬਿਕੋਜ਼ ਸਟੂਡੈਂਟਸ ਨੂੰ ਜਿਹੜੀਆਂ ਐਡਮਿਸ਼ਨਸ PTE ਦੇ ਆਧਾਰ 'ਤੇ ਮਿਲਦੀਆਂ ਸੀ ਉਹ ਲਗਭਗ ਬੰਦ ਹੋਈ ਜਾਣਗੀਆਂ ਜਾਂ ਥੋੜ੍ਹੀਆਂ ਰਹਿੰਦੀਆਂ ਜਾਣਗੀਆਂ। ਸੋ ਬਹੁਤ ਸਾਰੀ ਚੋਇਸ PTE ਵਾਲੇ ਸਟੂਡੈਂਟਸ ਲਈ ਨਹੀਂ ਰਹੇਗੀ। ਸੋ ਬਿਕੋਜ਼ ਕੈਨੇਡਾ ਕੈਨੇਡੀਅਨ ਹਾਈ ਕਮਿਸ਼ਨ ਨੇ ਸ਼ੁਰੂ ਤੋਂ ਹੀ ਪ੍ਰਗਟਾਵਾ ਕੀਤਾ ਹੈ ਕਿ ਜਿਹੜਾ ਪ੍ਰੈਫਰਡ ਪਾਰਟਨਰ ਹੈ ਉਹ ਆਈਲਟਸ ਹੀ ਹੈ। ਸੋ SDS ਦੇ ਵਿੱਚ ਜਦ ਤੱਕ ਅਫੀਸ਼ਲੀ ਕੋਈ ਅਪਰੂਵ ਦੂਸਰਾ ਟੈਸਟ ਨਹੀਂ ਹੁੰਦਾ ਤਦ ਤੱਕ ਆਈਲਟਸ ਦੀ ਹੀ ਬਾਦਸ਼ਾਹਤ ਰਹੇਗੀ। ਔਰ ਅਸੀਂ ਵੇਖਿਆ ਹੈ ਕਿ ਲਗਭਗ 4 ਲੱਖ ਦੇ ਕਰੀਬ ਸਟੂਡੈਂਟਸ ਜਿਹੜਾ ਆਈਲਟਸ ਦਾ ਪੇਪਰ ਦਿੰਦੇ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਲਟਸ ਨੂੰ ਅਸੈਪਟ ਕੀਤਾ ਜਾਂਦਾ, ਬਟ ਸਾਡੇ ਜਿਹੜੇ ਸਟੂਡੈਂਟਸ ਦੇ ਵਿੱਚ ਇੱਕ ਜਿਹੜੀ ਹੀਨ ਭਾਵਨਾ ਕਿ ਸ਼ਾਇਦ ਕਿਤੇ ਉਹਦੇ 'ਚ ਨੰਬਰ ਰੈਂਕਿੰਗ ਅਲੱਗ ਤਰੀਕੇ ਨਾਲ ਆ ਜਾਂਦੀ ਹੈ, ਸ਼ਾਇਦ ਉਹ ਇੰਗਲਿਸ਼ ਦਾ ਕੋਈ ਸੌਖਾ ਰੂਪ ਹੈ, ਸੋ ਇਸ ਕਰਕੇ ਜਿਹੜਾ ਪ੍ਰੈਫਰ ਆਈਲਟਸ ਨੂੰ ਕੀਤਾ ਜਾਂਦਾ। ਸੋ ਹੌਲੀ ਹੌਲੀ ਕਾਲਜਸ ਦੀ ਅਸੈਪਟੇਬਿਲਟੀ ਆਈਲਟਸ ਵੱਲ ਨੂੰ ਹੋਏਗੀ, ਬਿਕੋਜ਼ ਅਲਟੀਮੇਟਲੀ ਵਿਨ ਮੈਟਰ ਕਰਦੀ ਹੈ, ਅਲਟੀਮੇਟਲੀ ਸਕਸੈਸ ਮੈਟਰ ਕਰਦੀ ਹੈ, ਅਲਟੀਮੇਟਲੀ ਵੀਜ਼ਾ ਮੈਟਰ ਕਰਦਾ ਹੈ, ਅਲਟੀਮੇਟਲੀ ਸਟੂਡੈਂਟ ਫਲਾਈ ਹੁੰਦਾ ਸਭ ਵੇਖਣਾ ਚਾਹੁੰਦੇ ਆ। ਸੋ ਸਟੂਡੈਂਟਸ, ਇਹ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕੈਨੇਡਾ ਦਾ ਰੁੱਖ ਕਰਨਾ ਚਾਹੁੰਦੇ ਹੋ ਤਾਂ ਆਈਲਟਸ ਤੋਂ ਗੁਰੇਜ ਨਹੀਂ ਕਰਨਾ, ਆਈਲਟਸ ਨੂੰ ਅਸੈਪਟ ਕਰਨਾ, 6 ਈਚ ਦੇ ਨਾਲ ਹੀ ਅਪਲਾਈ ਕਰਨਾ। ਤੁਸੀਂ ਵੇਖਿਆ ਇਸ ਸਾਲ ਔਰ ਲਗਭਗ ਪਿਛਲੇ 6 ਮਹੀਨਿਆਂ ਦੇ ਵਿੱਚ ਕਿਸੇ ਵੀ ਸਟੂਡੈਂਟ ਦਾ 5.5 ਦੇ ਉੱਪਰ ਵੀਜ਼ਾ ਅਪਰੂਵ ਨਹੀਂ ਹੋਇਆ। ਸੋ 6 ਆਈਲਟਸ ਦੇ ਵਿੱਚ ਵੀ 6 ਈਚ ਦੇ ਨਾਲ ਹੀ ਕੈਨੇਡਾ ਦਾ ਰੁੱਖ ਕਰੋ, ਔਰ ਅਗਰ 6 ਈਚ ਨਹੀਂ ਹੁੰਦੇ ਕੈਨੇਡਾ ਨੂੰ ਫਿਲਹਾਲ ਲਈ ਤੁਹਾਨੂੰ ਟਾਲਣਾ ਪਏਗਾ, ਬਿਕੋਜ਼ ਅਸੀਂ ਲਗਾਤਾਰ ਇੱਕ ਜੰਗ ਦੇ ਵਿੱਚ ਹਾਰਨ ਲਈ ਨਹੀਂ ਉਤਰਦੇ। ਸੋ ਜਦ ਤੱਕ ਪੋਜ਼ਿਟਿਵਿਟੀ ਨਹੀਂ ਹੁੰਦੀ ਵੀਜ਼ਾਸ ਦੇ ਵਿੱਚ 5.5 ਦੇ ਨਾਲ, ਜਦ ਤੱਕ ਤੁਹਾਡੇ ਕੋਲ 6 ਈਚ ਨਹੀਂ ਹੁੰਦੇ ਤਦ ਤੱਕ ਇਸ ਸਮੇਂ ਨੂੰ ਟਾਲਣਾ ਆ। ਔਰ ਕੈਨੇਡਾ ਦਾ ਬੈਕਲੌਗ ਇੱਕ ਬਹੁਤ ਵੱਡੀ ਪ੍ਰੋਬਲਮ ਬਣਿਆ ਹੋਇਆ ਸੀ, ਸੋ ਕੈਨੇਡਾ ਨੇ ਬੈਕਲੌਗ ਤੋਂ ਉਹਦੇ ਨਿਜਾਤ ਪਾਉਣੀ ਸ਼ੁਰੂ ਕਰਤੀ ਹੈ।
कैनेडा ने 85 मिलियन डॉलर इन्वेस्ट किया है, नवे तरीके ईजाद किए आ, नवी प्रोसैस आजाद कीतियाँ जिदे नाल कैनेडा का बैकलॉग कट सके। सो नीयर फ्यूचर के जिन्ना पुराना बैकलॉग वेखते हो, अगर जिदा असी बहुत वड्डी खबर बनी सी 1.8 मिलियन एप्लीकेशन स्ट्रक ने, 18 लाख एप्लीकेशन पेंडिंग पईयां ने, सो उहो जिहियां खबरां कैनेडा दे विच दुबारा नहीं सुनन नूं मिलणगियां। कैनेडा ने अपना किरदार इस तरीके का किया है, कैनेडा अपनी क्रेडिबिलिटी इस तरीके की बनाई है कि कैनेडा उन्हें साख नहीं लगन दे रहा। सो फाइनली क्वालिटी का कंप्रोमाइज कैनेडा के करैक्टर में नहीं है। सो बहुत सारिया लुभावनिया जिहड़ियां कमर्शियल तुसीं वेखदे हो पैकेजेस वालियां, जां बहुत सारे कैनेडा ने एक कमर्शलाइज इंडस्ट्री पैदा करती सी, सो शर्तां ला के वीज़ा दिते जांदे सी तुहानूं। सो हौली हौली तुसीं उन्हां नूं सब नूं डिम हुंदे जां खत्म हुंदे वेखोगे। सो कैनेडा दे विच क्वालिटी दे दम दे उपर वीज़ाज आउणगे और ये लगातार बने रहणगे, बिकॉज कैनेडा दी इमीग्रेशन जरूरतां विच लगातार वाधा हो रहा। अज दी तरीक विच वेखदे हां कि असीं सब तों वध जिहड़ियां इमीग्रेशन दीआं जिहड़ियां जरूरतां ने पूरी दुनिया दे विच ओह कैनेडा दीआं ही ने। सो जिन्ने एप्लीकेंट्स कैनेडा अक्सैप्ट करता है, शायद ही दुनिया दे विच कोई इन्ने एप्लीकेंट्स अक्सैप्ट करता होवे। सो दोस्तों, तुसीं साडे चैनल दे उपर लगातार साडे नाल बने होए हो और इन्हां वीडियोज़ नूं तुसीं बहुत प्यार दिंदे हो, सो इन्हां नूं दब के शेयर करिया करो और उन्हां लोकां तक जरूर पहुँचदे करिया करो जिन्हां लई इह वाकई फायदेमंद हो सकदी है। सो अगर तुसीं इस चैनल ते नवे हो, मैनूं नहीं जाणदे, मेरा नाम अरविंदर पाल सिंह और लगभग 22 साल तो इंडस्ट्री विच तुहाडे लई असीं इमीग्रेशन अपडेट्स का काम करते आ रहे हैं। सो बहुत जल्द मिलांगे नवी जानकारी लई और इहो जिहियां जानकारियां लई लगातार साडे नाल बने रहण लई बहुत शुक्रिया। सत श्री अकाल।